ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ? ਹੋਪ ਕਰਦੇ ਹਾਂ ਕਿ ਸਾਰੇ ਰਾਜੀ ਖੁਸ਼ੀ ਹੋਵੋਗੇ। ਹਾਂਜੀ ਕਈ ਮੇਰੇ ਭੈਣ ਭਰਾਵਾਂ ਵੀਰਾਂ ਦੇ ਬੜੇ ਫੋਨ ਤੇ ਮੈਸੇਜ ਆ ਰਹੇ ਸੀ ਕਿ ਅਸੀਂ ਇਟਲੀ ਦੇ ਪੇਪਰ ਆਪ ਕਿਦਾਂ ਭਰ ਸਕਦੇ ਆ? ਆਨਲਾਈਨ ਪੇਪਰ ਇਹ ਕਿਦਾਂ ਭਰੀਏ ਤੇ ਜਿਹੜਾ ਸਾਨੂੰ ਇੱਥੇ ਜੋਬ ਇਟਲੀ 'ਚ ਮਿਲ ਜਵੇ। ਹਾਂਜੀ ਅੱਜ ਉਹਦੇ ਬਾਰੇ ਗੱਲ ਕਰਦੇ ਆਂ ਕਿ ਇਟਲੀ ਦੀ ਜਿਹੜੀ ਇਮੀਗ੍ਰੇਸ਼ਨਲ 27 ਮਾਰਚ ਨੂੰ ਓਪਨ ਹੋ ਰਹੀ ਆ ਜੀ ਸਵੇਰੇ 9 ਵਜੇ ਤੇ ਤੁਸੀਂ ਉਹਦੇ ਪੇਪਰ ਆਪ ਕਿਦਾਂ ਭਰ ਸਕਦੇ ਆ? ਅਸੀਂ ਆਪ ਕਿਦਾਂ ਅਪਲਾਈ ਕਰਨੇ ਪੇਪਰ ਬਿਨਾ ਏਜੰਟਾਂ ਤੋਂ ਤੁਸੀਂ ਪਹਿਲਾਂ ਇੱਕ ਆਪਣਾ ਬਾਇਓ ਡਾਟਾ ਬਣਾਜ ਨੂੰ ਆਪਾਂ ਕਹਿੰਦੇ ਸੀ ਵੀ ਸੀ ਸੀ ਵੀ ਬਣਾਉਣਾ ਵਾ ਯੂਰੋਪਾਸ ਦੇ ਵਿੱਚ ਈ ਯੂ ਆਰਓ ਪੀਏ ਡਬਲ ਐਸ ਪਾਸ ਜੀਰੋ ਤੁਸੀਂ ਗੂਗਲ ਤੇ ਯੂਰੋਪਾਸ ਸਰਚ ਕਰੋਗੇ ਤੇਰੀ ਸਾਈਟ ਖੁੱਲ ਜਾਏਗੀ ਉਹਦੇ ਵਿੱਚ ਤੁਸੀਂ ਆਪਣਾ ਬਾਇਓ ਡਾਟਾ ਬਣਾ ਸਕਦੇ ਆ ਠੀਕ ਹੈ ਜੀ ਤੁਸੀਂ ਕੰਮ ਐਗਰੀਕਲਚਰ ਦਾ ਜਾਂ ਹੋਰ ਕਿਸੇ ਵੀ ਰਿਲੇਟਡ ਜਿਹੜਾ ਕੰਮ ਤੁਹਾਨੂੰ ਆਉਂਦਾ ਉਦੇ ਰਿਲੇਟਡ ਤੁਸੀਂ ਇਹ ਬਾਇਓ ਡਾਟਾ ਬਣਾ ਸਕਦੇ ਆ ਤੇ ਨਾਲ ਆਪਣੇ ਇੱਕ ਪਾਸਪੋਰਟ ਦੀ ਫਰੰਟ ਐਂਡ ਲਾਸਟ ਪੇਜ ਇਹ ਦੋਨਾਂ ਨੂੰ ਸਕੈਨ ਕਰਕੇ ਇਸ ਬਾਇਓ ਡਾਟਾ ਦੇ ਨਾਲ ਅਟੈਚ ਕਰ ਲੈਣੀ ਆ ਠੀਕ ਹੈ ਜੀ ਬਾਅਦ ਵਿੱਚ ਇਟਲੀ ਦੇ ਵਿੱਚ ਬਹੁਤ ਸਾਰੀਆਂ ਸਾਈਟਾਂ ਆ ਜਿਹੜੀਆਂ ਜੌਬ ਲੱਭਣ ਵਾਸਤੇ ਆ ਮੈਂ ਉਹ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਵੀ ਕਰ ਦਿਆਂਗਾ ਤੇ ਉਹਦਾ ਵੀ ਮੈਂ ਤੁਹਾਨੂੰ ਬੋਲ ਕੇ ਦੱਸ ਦਿੰਦਾ ਵਾਂ ਜਿੱਦਾਂ ਕਿ ਮੌਨਸਟਰ ਇਟਲੀ ਮੌਨਸਟਰ ਇਟਲੀ ਇੱਕ ਸਾਈਟ ਆ ਜਿਹੜੀ ਜੌਬ ਪ੍ਰੋਵਾਈਡ ਕਰਦੀ ਆ ਤੁਸੀਂ Google ਤੇ ਜਾਓਗੇ monster italy ਦੇ ਅਫੀਸ਼ੀਅਲ ਪੇਜ ਤੇ ਤੇ ਤੁਸੀਂ ਉਹਨੂੰ ਕਲਿੱਕ ਕਰੋਗੇ ਤਾਂ ਉਹਦੇ ਵਿੱਚ ਥੱਲੇ ਸਾਈਟਾਂ ਖੁੱਲ ਜਾਣਗੇ ਤੁਸੀਂ ਉਹਦੇ ਰਿਲੇਟਡ ਆਪਣੀ ਜਿਹੜੀ ਵੀ ਜਦੋਂ ਤੁਹਾਨੂੰ ਕੰਮ ਆਉਂਦਾ ਆ ਉਹਦੇ ਕੰਮ ਦੇ ਰਿਲੇਟਡ ਤੁਸੀਂ ਆਪਣੀ ਜੌਬ ਫਾਈਂਡ ਕਰ ਸਕਦੇ ਆ ਦੂਜੀ ਆ ਜਾਂਦੀ ਆ Amazon jobs Amazon jobs italy ਕਰਕੇ ਲਿਖੋਗੇ ਇਹ ਵੀ ਜੌਬ ਪ੍ਰੋਵਾਈਡ ਕਰਾਉਂਦੀ ਆ ਇਟਲੀ ਦੇ ਵਿੱਚ ਤੀਜੀ ਆ ਜਾਂਦੀ ਆ step stone italy ਠੀਕ ਆ ਜੀ ਇਹ ਵੀ ਜੋਬਾਂ ਪ੍ਰੋਵਾਈਡ ਕਰਦੇ ਇਟਲੀ ਦੇ ਵਿੱਚ ਇਹਨਾਂ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਆ ਇਹਨਾਂ ਦਾ ਵੀ ਲਿੰਕ ਸਰਚ ਕਰਕੇ ਤੇ ਇੱਥੇ ਵੀ ਆਪਣਾ ਸੀਵੀ ਭੇਜ ਸਕਦੇ ਆ ਜੌਬ ਇਨ ਮਿਲਾਨ ਠੀਕ ਆ ਇਹ ਵੀ ਤੁਸੀਂ ਗੂਗਲ ਤੇ ਸਰਚ ਕਰੋਗੇ ਇਹਨਾਂ ਦੀਆਂ ਸਾਈਟਾਂ ਵੀ ਖੁੱਲ ਜਾਂਦੀਆਂ ਇੱਥੇ ਵੀ ਆਪਣੀ ਪਸੰਦ ਦੇ ਮੁਤਾਬਕ ਤੁਸੀਂ ਆਪਣੀ ਜੌਬ ਲੱਭ ਕੇ ਤੇ ਉੱਥੇ ਤੁਸੀਂ ਆਪਣਾ ਸੀਵੀ ਭੇਜ ਸਕਦੇ ਆ ਠੀਕ ਹੈ ਜੀ ਤੇ ਮੁੜ ਕੇ ਆ ਜਾਂਦੀ ਆ ਜੀ ਬੰਸਲ ਲਵੋਰੋ ਬੰਸਲ ਲਵੋਰੋ ਇਹ ਵੀ ਕੰਪਨੀ ਜੌਬ ਪ੍ਰੋਵਾਈਡ ਕਰਾਉਂਦੀ ਹੈ ਇਹ ਵੀ ਤੁਸੀਂ ਸਰਚ ਕਰ ਸਕਦੇ ਆ ਅ ਬਾਕੀ ਇਦਾਂ ਹੀ ਆ ਕਾਫੀ ਆ ਲੋਕਲ ਇਟਲੀ ਟੋਟਲ ਜੌਬਸ ਐਕਸਪਰਟ ਜੌਬਸ ਇਨਫੋ ਜੌਬਸ ਇਟਲੀ ਇੰਡਿਡ ਜੋ ਇਟਲੀ ਅਲਗੋਰਾ ਗਲਾਸ ਡੋਰ ਇਟਲੀ ਗੂਗਲ ਫੋਰ ਜੌਬਸ ਇਹਨਾਂ ਦੇ ਸਾਰਿਆਂ ਤੇ ਤੁਸੀਂ ਜਾ ਕੇ ਤੁਸੀਂ ਸਰਚ ਕਰੋਗੇ ਨੂੰ ਓਪਨ ਕਰੋਗੇ ਗੂਗਲ ਦੇ ਵਿੱਚ ਤੇ ਇੱਥੇ ਲਿੰਕ ਖੁੱਲ ਜਾਣਗੇ ਉਹਨਾਂ ਨੂੰ ਓਪਨ ਕਰੋਗੇ ਤੇ ਵਿੱਚ ਜੌਬ ਆ ਜਾਣਗੇ ਆ ਠੀਕ ਹੈ ਜੀ ਜਿੱਦਾਂ ਦੀ ਵੀ ਤੁਹਾਨੂੰ ਜੌਬ ਤੁਸੀਂ ਕਰ ਸਕਦੇ ਹੋ ਜਿਹੜੀ ਮੁਤਾਬਕ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਵਾ ਉਸ ਜੌਬ ਨੂੰ ਕਲਿੱਕ ਕਰੋਗੇ ਤਾਂ ਉਹਦੇ ਓਨਰ ਦਾ ਸਾਰਾ ਡਾਟਾ ਨਿਕਲ ਜਾਏਗਾ ਐਡਰੈਸ ਆ ਜਾਏਗਾ ਈਮੇਲ ਆ ਜਾਏਗਾ ਸਾਰਾ ਕੁਝ ਫੋਨ ਨੰਬਰ ਵਗੈਰਾ ਆ ਜਾਏਗਾ ਉਹਨੂੰ ਤੁਸੀਂ ਮੁੜ ਕੇ ਆਪਣਾ ਜਿਹੜਾ ਸੀਵੀ ਬਣਾਇਆ ਵਾ ਤੇ ਪਾਸਪੋਰਟ ਦੀ ਕਾਪੀ ਆ ਤੁਸੀਂ ਇਹ ਸੈਂਡ ਕਰਨਾ ਇਦਾਂ ਹੀ ਤੁਸੀਂ ਇੱਕ ਨਹੀਂ ਤੁਸੀਂ ਘਟੋ ਘਟ 40 50 ਕੰਪਨੀਆਂ ਨੂੰ ਸੈਂਡ ਕਰਨਾ ਆ ਅਗਰ ਕਿਸੇ ਨੇ ਇੱਕ ਨੇ ਵੀ ਤੁਹਾਡੀ ਜੌਬ ਦੇ ਰਿਲੇਟਡ ਤੁਹਾਨੂੰ ਸਿਲੈਕਟ ਕਰ ਲਿਆ ਤੇ ਇਹ ਵੀਜ਼ਾ ਤੁਹਾਡਾ ਇਟਲੀ ਦਾ ਜਿਹੜਾ ਵਾ 9 ਮਹੀਨਿਆਂ ਬੜਾ ਫ੍ਰੀ ਲੱਗ ਜਾਊਗਾ ਠੀਕ ਹੈ ਜੀ ਤੇ ਕੋਸ਼ਿਸ਼ ਤੁਹਾਨੂੰ ਕਰਨੀ ਪੈਣੀ ਆ ਆਪਾਂ ਤੁਹਾਨੂੰ ਸਲਾਹ ਦੇ ਸਕਦੇ ਆ ਤੁਹਾਨੂੰ ਰਾਸਤਾ ਦਿਖਾ ਸਕਦੇ ਆ ਮਿਹਨਤ ਤੁਸੀਂ ਆਪ ਕਰਨੀ ਆ ਇਹ ਮਿਹਨਤ ਕਰੋਗੇ ਹੋ ਸਕਦਾ ਆ ਤੁਹਾਡੇ ਜੇ ਤੁਸੀਂ 40-50 ਕੰਪਨੀਆਂ ਨੂੰ ਆਪਣਾ ਸੀਵੀ ਭੇਜਿਆ ਵਾ ਤੇ ਉਹ ਇੱਕ ਦਾ ਬੰਦੇ ਨੂੰ ਕਿਤੇ ਸਿਲੈਕਟ ਹੋ ਜਵੇ ਕਿਸੇ ਨੂੰ ਲੋੜ ਆ ਤੁਹਾਡੀ ਜੌਬ ਦੇ ਰਿਲੇਟਡ ਜੋ ਤੁਹਾਨੂੰ ਨੂਲਾਸਤ ਉਧਰੋਂ ਭੇਜ ਦੇਵੇ ਤਾਂ ਤੁਹਾਡਾ ਵੀਜ਼ਾ ਜਿਹੜਾ ਫ੍ਰੀ ਲੱਗੇਗਾ ਠੀਕ ਹੈ ਜੀ ਜਦੋਂ ਵੀ ਤੁਸੀਂ ਕਿਸੇ ਨੂੰ ਈਮੇਲ ਭੇਜਣੀ ਹੈ ਆਪਣੀ ਉਹ ਬਾਇਓ ਡਾਟਾ ਭੇਜਣਾ ਉਹਦੇ ਵਿੱਚ ਆਪਣਾ ਫੋਨ ਨੰਬਰ ਈਮੇਲ ਤੇ ਐਡਰੈਸ ਆਪਣਾ ਬਿਲਕੁਲ ਪ੍ਰੋਪਰ ਸਹੀ ਹੋਣਾ ਚਾਹੀਦਾ ਆ ਜੋ ਤੁਹਾਡੇ ਘਰ ਦੇ ਐਡਰੈਸ ਤੇ ਪਾਸਪੋਰਟ ਦੇ ਐਡਰੈਸ ਤੇ ਹੈਗਾ ਆ ਠੀਕ ਹੈ ਜੀ ਤੇ ਬਾਕੀ ਜੇ ਜਾਣਕਾਰੀ ਚੰਗੀ ਲੱਗੀ ਤੇ ਇਹਨੂੰ ਵੱਧ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਇਹ ਜਾਣਕਾਰੀ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ ਠੀਕ ਹੈ ਜੀ ਬਾਕੀ ਮੈਂ ਸਾਰੀਆਂ ਜਿਹੜੀਆਂ ਸਾਈਟਾਂ ਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦਿੰਦਾ ਹਾਂ ਤੁਸੀਂ ਉਥੋਂ ਕੱਢ ਕੇ ਦਿਨਾਂ ਨੂੰ ਚੈੱਕ ਕਰ ਸਕਦੇ ਆਂ ਧੰਨਵਾਦ